ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਨੇ ਫੈਕਟਰੀ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਲੁਧਿਆਣਾ ਵਿਖੇ ਇੱਕ ਫੈਕਟਰੀ ਦਾ ਨਕਸ਼ਾ ਪਾਸ ਕਰਨ ਲਈ ਕਥਿਤ ਤੌਰ ਤੇ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਫੇਸਬੁੱਕ ਤੇ ਲਾਈਵ ਕੀਤਾ। ਬੈਂਸ ਨੇ ਆਰੋਪ ਲਗਾਇਆ ਕਿ ਲੁਧਿਆਣਾ ਵਿਖੇ ਫੈਕਟਰੀ ਲਗਾਉਣ ਦੇ ਇੱਕ ਨਕਸ਼ੇ ਨੂੰ ਮਨਜ਼ੂਰੀ ਦੇਣ ਲਈ ਫੈਕਟਰੀ ਵਿਭਾਗ ਦੇ ਡਾਇਰੈਕਟਰ MP ਬੇਰੀ ਨੇ ਕਥਿਤ ਤੌਰ ਤੇ 35,000 ਰੁਪਏ ਦੀ ਰਿਸ਼ਵਤ ਮੰਗੀ ਅਤੇ ਸੌਦਾ 25,000 ਚ ਤੈਅ ਹੋਇਆ। ਡਾਇਰੈਕਟਰ ਨੇ ਫੈਕਟਰੀ ਮਾਲਿਕ ਨੂੰ ਪੈਸਿਆਂ ਨਾਲ ਲੁਧਿਆਣਾ ਦੇ ਇੱਕ ਹੋਟਲ ਵਿੱਚ ਬੁਲਾਇਆ। ਲੁਧਿਆਣਾ ਵੀ ਰਹਿ ਗਏ, ਇੱਥੇ ਬਹੁਤ ਠੱਗੀਆਂ ਮਾਰਦੇ ਸੀ। ਇੱਥੇ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ, ਬਾਊ ਜੀ ਨਾ ਠੱਗੀ ਕਰੋ, ਬਾਊ ਜੀ ਆਪਣੀ ਤਨਖਾਹ ਦੇ ਉੱਤੇ ਬੱਚੇ ਪਾਲਣਾ ਸਿੱਖੋ, ਨਹੀਂ ਮੰਨੇ ਤੁਸੀਂ। ਪੋਲੂਸ਼ਨ ਦਫ਼ਤਰ ਜਾਣਾ, ਫੈਕਟਰੀਜ਼ ਡਾਇਰੈਕਟਰ ਆਫ ਫੈਕਟਰੀਜ਼ ਤੋਂ ਨਕਸ਼ਾ ਪਾਸ ਚਾਹੀਦਾ, ਬਿਜਲੀ ਬੋਰਡ ਜਾਣਾ ਨਕਸ਼ਾ ਪਾਸ ਚਾਹੀਦਾ, ਬੈਂਕ ਤੋਂ ਲੋਨ ਲੈਣਾ ਨਕਸ਼ਾ ਪਾਸ ਚਾਹੀਦਾ। ਨਕਸ਼ਾ ਪਾਸ ਹੋਊਗਾ ਫਿਰ ਫੈਕਟਰੀ ਲਾਇਸੈਂਸ ਇਸ਼ੂ ਹੁੰਦਾ। ਮੇਰੇ ਕੋਲ ਬਹੁਤ ਦਿਨਾਂ ਤੋਂ ਸਾਹਿਬ ਦੀਆਂ ਬੜੀਆਂ ਸ਼ਿਕਾਇਤਾਂ, ਮੈਂ ਦਿਨਾਂ ਨੂੰ ਕਾਲ ਵੀ ਕੀਤਾ ਵੀ ਸਾਹਿਬ ਤੁਸੀਂ ਪਲੀਜ਼ MP ਬੇਰੀ ਸਾਹਿਬ ਹਟੋ, ਸਾਡੀ ਇੰਡਸਟਰੀ ਡੁੱਬੀ ਹੋਈ ਆ। ਲੁਧਿਆਣੇ ਦਾ ਇੰਡਸਟਰੀਅਲਿਸਟ ਤਰ੍ਹਾਂ ਤਰ੍ਹਾਂ ਕਰਦਾ, ਸੇਲ ਟੈਕਸ, ਇਨਕਮ ਟੈਕਸ, ਪੋਲੂਸ਼ਨ ਬੋਰਡ, ਬਿਜਲੀ ਬੋਰਡ, ਲੇਬਰ, ਕਿੰਨੇ ਮਹਿਕਮੇ ਚਿੰਬੜਿਆ ਜੋਕਾਂ ਬਣ ਕੇ। ਮੈਂ ਇਹਨਾਂ ਨੂੰ ਬੜਾ ਪੀਸਫੁਲੀ ਇਹਨਾਂ ਲੋਕਾਂ ਨੂੰ ਸਮਝਾਇਆ, ਫੋਨ ਕੀਤਾ ਵੀ ਤੁਹਾਡੀਆਂ ਕੰਪਲੇਂਟ ਆਉਂਦੀਆਂ ਨੇ, ਹਟ ਜਾਓ। ਐਂਡ ਇਹ ਸਾਹਿਬ ਡਾਇਰੈਕਟਰ ਆਫ ਫੈਕਟਰੀਜ਼ 1 ਸਾਲ ਦੀ ਐਕਸਟੈਂਸ਼ਨ 'ਤੇ ਹੈਗੇ ਆ, ਮਤਲਬ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਦੀ ਸੇਵਾ ਨੂੰ, ਇਹਨਾਂ ਦੀ ਠੱਗੀ ਨੂੰ ਦੇਖਦਿਆਂ ਸਰਕਾਰ ਨੇ 1 ਸਾਲ ਦਾ ਇਹਨਾਂ ਦਾ ਸੇਵਾ ਕਾਲ ਵਧਾ ਦਿੱਤਾ ਅਤੇ ਅੱਜ ਇਹ 35,000 ਮੰਗਦੇ ਸੀ, 25,000 ਰੁਪਈਏ ਦੇ ਵਿੱਚ ਆ ਸੌਦਾ ਜਿਹੜਾ, ਅਤੇ ਕਾਗਜ਼ ਖੁਦ ਦੇਣ ਆਇਆ। ਦੇਖੋ ਕਿੱਡਾ ਵੱਡਾ ਡਿਲੀਵਰ ਕਰਦੇ ਆ, ਕੋਰੀਅਰ ਸਰਵਿਸ ਕਰਦੇ ਆ, ਜਦੋਂ ਪੈਸੇ ਮਿਲ ਗਏ ਫਿਰ ਅਪਰੂਵਲ ਤੋਂ ਖੁਦ ਚੰਡੀਗੜ੍ਹ ਤੋਂ ਲੁਧਿਆਣੇ ਦੇਣ ਆ, 10-15 ਮੁਰਗੇ ਹੋਣਗੇ ਵੱਢਣਗੇ, ਐਂਡ ਹੁਣ ਇਹ ਮਾਫ਼ੀ ਮੰਗਦੇ ਆ। ਹੁਣ ਇਹ ਕਹਿੰਦਾ ਵੀ ਮੇਰੇ ਬਾਲ ਬੱਚੇ ਰੁਲ ਜਾਣਗੇ, ਮੇਰਾ ਪਰਿਵਾਰ ਰੁਲ ਜੂਗਾ। ਮੈਂ ਸਾਹਿਬ ਨੂੰ ਪੁੱਛਿਆ ਵੀ ਸਾਹਿਬ ਤੁਹਾਡੀ ਸੈਲਰੀ ਕਿੰਨੀ ਆ, ਸਾਹਿਬ ਬੇਰੀ MP ਬੇਰੀ ਸਾਹਿਬ ਨੇ ਦੱਸਿਆ ਵੀ ਮੇਰੀ ਸੈਲਰੀ 1.5 ਲੱਖ ਤੋਂ ਪਲੱਸ ਹੈ। 1.5 ਲੱਖ ਰੁਪਈਆ ਜੇ ਇਹ ਇਹਨਾਂ ਦੇ ਬੱਚੇ ਪਰਿਵਾਰ ਫੈਮਿਲੀ ਖਰਚਣ ਲੱਗੇ ਤਾਂ 1 ਮਹੀਨੇ ਦੇ ਨਹੀਂ ਖਰਚਿਆ ਜਾ ਸਕਦਾ, ਬਟ ਤ੍ਰਿਸ਼ਨਾ ਨਹੀਂ ਇਹਨਾਂ ਦੇ ਮਰਦੀ। ਨੈਕਸਸ ਹੈਗਾ ਸੰਗਠਨ ਹੈ, ਉਹ ਸੰਗਠਨ ਨੇ ਬੇੜਾ ਗਰਕ ਕਰਤਾ ਸਾਡੇ ਇਸ ਸਿਸਟਮ ਦਾ, ਹਰ ਪੱਧਰ ਦੇ ਉੱਤੇ ਰਿਸ਼ਵਤ ਖੋਰੀ, ਹਰ ਪੱਧਰ ਦੇ ਉੱਤੇ ਕਰਪਸ਼ਨ। ਹੁਣ ਇਹ ਮਾਫੀਆਂ ਮੰਗੀ ਜਾਂਦੇ ਆ ਵੀ ਮੈਨੂੰ 1 ਵਾਰੀ ਛੱਡ ਦਿਓ, ਮੈਨੂੰ 1 ਵਾਰੀ ਛੱਡ ਦਿਓ। ਮੈਂ ਤਾਂ ਉਸ ਅਪੋਜੀਸ਼ਨ ਦਾ ਮੈਂਬਰ ਹੈਗਾ, ਮੈਂ ਤਾਂ ਵਿਧਾਨ ਸਭਾ ਦੇ ਵਿੱਚ ਜਿੱਥੇ ਸਰਕਾਰ ਇੱਕ ਪਾਸੇ ਸੱਜੇ ਹੱਥ ਇਹ ਬੈਠੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਅਤੇ ਡਿਊਟੀ ਹੈ, ਪਰ ਇਹ ਆਪਣੀ ਜ਼ਿੰਮੇਵਾਰੀ ਡਿਊਟੀ ਨਹੀਂ, ਕਿਉਂਕਿ ਇਹ ਸੱਤਾਧਾਰੀ ਅਤੇ ਬੇਈਮਾਨ ਅਫਸਰਾਂ ਦਾ ਨੈਕਸਸ ਬਣਿਆ ਹੋਇਆ। ਇਹ ਆਪਣੀ ਤਨਖਾਹ ਦੇ ਉੱਤੇ ਗੁਜ਼ਾਰਾ ਕਰਨਾ ਆਉਂਦਾ ਹੀ ਨਹੀਂ। 1.5 ਲੱਖ ਰੁਪਈਆ ਮੇਰਾ ਖਿਆਲ 4 ਜਾਂ 5 ਫੈਮਿਲੀ ਦੇ ਮੈਂਬਰ ਹੋਣਗੇ ਇਹ, 1.5 ਲੱਖ 'ਚ ਬਹੁਤ ਸ਼ਾਹੀ ਮਹੀਨਾ ਬਤਾਇਆ ਜਾ ਸਕਦਾ, ਬਟ ਇਹਨਾਂ ਦੀ ਤ੍ਰਿਸ਼ਨਾ ਨਹੀਂ, ਕਿਉਂਕਿ ਜਿੱਥੇ ਜਿਸ ਪਰਿਵਾਰ ਦੇ ਵਿੱਚ ਬਾਪ ਬੇਈਮਾਨ ਹੋਵੇ ਉਹਦੇ ਪੁੱਤ ਕਦੇ ਇਮਾਨਦਾਰ ਨਹੀਂ ਹੁੰਦਾ। ਅੱਜ ਅਨਫੋਰਚੁਨੇਟਲੀ ਸਾਡੀ ਸਟੇਟ ਦਾ ਕੀ ਹਾਲ ਆ, ਸਟੇਟ ਦੇ ਮੁਖੀ ਦਾ ਕੀ ਹਾਲ ਆ, 10 ਸਾਲ ਅਸੀਂ ਕੁੱਟ ਖਾਂਦੇ ਰਹੇ ਇੱਕ ਪਾਰਟੀ ਦੇ, ਇੱਕ ਮੁੱਖ ਮੰਤਰੀ ਦੇ, ਉਸ ਤੋਂ ਬਾਅਦ 'ਚ ਉਸੇ ਤਰੀਕੇ ਦੂਜਾ ਦੋਸਤ ਉਹ ਮੁੱਖ ਮੰਤਰੀ। ਅੱਜ ਮਨ ਰੋਂਦਾ ਜਿਹੜਾ ਘੁਣ ਲੱਗਿਆ ਹੋਇਆ ਸਾਡੇ ਸਮਾਜ ਨੂੰ, ਇਸ ਘੁਣ ਨੂੰ ਖਤਮ ਕਰਨਾ। ਯਾਦ ਆ ਤੁਹਾਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਕਹਿ ਕੇ ਗਏ ਸੀ
ਭਗਤ ਸਿੰਘ ਕਹਿ ਕੇ ਗਏ ਸੀ ਵੀ ਗੋਰੇ ਲੋਕਾਂ ਤੋਂ ਅਸੀਂ ਆਜ਼ਾਦੀ ਪ੍ਰਾਪਤ ਕਰ ਲੈਣੀ ਹੈ, ਪਰ ਭੂਰੇ ਲੋਕਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਘੋਲ ਤੇ ਸੰਘਰਸ਼ ਹੋਰ ਕਰਨਾ ਪੈਣਾ। ਭੂਰੇ ਦੇ ਜਿਹੜੇ ਬੇਈਮਾਨ ਲੋਕ ਨੇ। ਫੈਕਟਰੀ ਦੇ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਫੈਕਟਰੀ ਦਾ ਨਕਸ਼ਾ ਅਪਲਾਈ ਕੀਤਾ ਸੀ, ਜਿਸ ਦੇ ਲਈ ਉਸ ਤੋਂ ਰਿਸ਼ਵਤ ਮੰਗੀ ਗਈ ਅਤੇ ਇੱਥੇ ਪੈਸੇ ਦੇਣ ਲਈ ਅਤੇ ਨਕਸ਼ਾ ਲੈਣ ਲਈ ਬੁਲਾਇਆ ਗਿਆ। ਸਰ, ਮੈਂ ਆਪਣੀ ਫੈਕਟਰੀ ਦਾ ਗਣਪਤੀ ਇਨਕਲੇਵ ਦੇ ਵਿੱਚ ਜੀ ਆਰ ਪਾਵਾ ਦੇ ਨਾਂ 'ਤੇ ਲਾਈਸੈਂਸ ਅਪਲਾਈ ਕੀਤਾ ਸੀਗਾ। 3 ਤੋਂ 4 ਮਹੀਨੇ ਹੋ ਗਏ, ਇੰਨੀ ਖੱਜਲ ਖੁਆਰੀ ਹੋ ਰਹੀ ਸੀ। 3 ਵਾਰੀ ਮੈਂ ਚੰਡੀਗੜ੍ਹ ਜਾ ਕੇ ਆਇਆ, ਭਰਾ ਮੇਰਾ ਨਾਲ ਹੁੰਦਾ ਸੀਗਾ। ਉਹਨਾਂ ਨੇ ਇੰਨੀ ਖੱਜਲ ਖੁਆਰੀ ਹੋਣ ਤੋਂ ਬਾਅਦ, ਯਾਨੀ ਕਿ ਵੀ ਉਹਨਾਂ ਨੇ ਸਾਫ਼ ਸਿੱਧੇ ਤੌਰ 'ਤੇ ਸਾਡੇ ਤੋਂ ਪੈਸੇ ਮੰਗੇ ਕੰਮ ਕਰਨ ਵਾਸਤੇ। ਸਾਰਾ ਕੰਮ ਹੋ ਚੁੱਕਾ ਸੀ, ਨਕਸ਼ਾ ਪਾਸ ਕਰਨ ਵਾਸਤੇ 35,000 ਰੁਪਇਆ ਮੰਗਿਆ, ਜਿਹਦੀ 25,000 ਵਿੱਚ ਸਾਡੀ ਉਹਨਾਂ ਨਾਲ ਗੱਲ ਪੂਰੀ ਹੋਈ। ਸੋ ਇਹ ਬੇਰੀ ਸਾਹਿਬ ਆਏ ਸੀਗੇ ਜੀ, ਇੱਥੇ MP ਬੇਰੀ ਜੀ, ਫੈਕਟਰੀ ਡਾਇਰੈਕਟਰ ਨੇ ਜੀ। ਆ ਨਕਸ਼ਾ ਆਪ ਡਿਲੀਵਰ ਕਰਨ ਲਈ ਸਾਨੂੰ ਆਪ ਉਹਨਾਂ ਨੇ ਸ਼ੈਵਰਨ ਹੋਟਲ ਲੁਧਿਆਣੇ ਬੁਲਾਇਆ, ਸਾਨੂੰ ਇੱਥੇ ਆ ਕੇ ਉਹਨਾਂ ਨੇ ਆਪ ਨਕਸ਼ਾ ਡਿਲੀਵਰ ਕੀਤਾ, ਨਾਲੇ ਸਾਡੇ ਤੋਂ 25,000 ਰੁਪਇਆ ਲਿਆ। ਹੁਣ ਜਿਨ੍ਹਾਂ ਦੀ ਅਸੀਂ ਪਹਿਲਾਂ ਫੋਟੋ ਸਟੇਟ ਵੀ ਨਾਲ ਅਸੀਂ ਦੇ ਚੁੱਕੇ, ਉਹਨਾਂ ਦੀ ਆਉਂਦੇ ਸਾਰੀ ਵੀਡੀਓ ਵੀ ਬਣ ਗਈ ਆ, ਸਾਰਾ ਉਹਨਾਂ ਨੂੰ ਜੋ ਦੱਸਿਆ ਗਿਆ ਉਹ ਬੈਂਸ ਸਾਹਿਬ ਤੁਹਾਨੂੰ ਚੰਗੀ ਤਰ੍ਹਾਂ ਪਹਿਲਾਂ ਦੱਸੀ ਗਏ ਨੇ ਜੀ। ਹਾਲਾਂਕਿ ਆਰੋਪੀ ਅਫਸਰ ਨੇ ਉਸ ਤੇ ਲੱਗੇ ਸਾਰੇ ਆਰੋਪਾਂ ਨੂੰ ਖਾਰਿਜ ਕੀਤਾ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।